ਸਤਿ ਸ਼੍ਰੀ ਅਕਾਲ, ਵੈਲਕਮ। ਕੀ ਹਾਲ ਚਾਲ? ਠੀਕ ਠਾਕ ਹੋ ਮੇਰੇ ਭੈਣ ਭਰਾ? ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ। ਅੱਜ ਦਾ ਵਲੋਗ ਹੈਗਾ, ਜਾਣੀ ਕਿ ਅੱਜ ਤੁਹਾਨੂੰ ਸਾਰਾ ਕੁਝ ਦੱਸਾਂਗੇ ਜੋ ਤੁਸੀਂ ਟਾਈਟਲ 'ਤੇ ਪੜ੍ਹ ਹੀ ਲਿਆ ਹੋਣਾ। ਅਤੇ ਆਪਾਂ ਦੱਸਾਂਗੇ ਵੀ ਆਪਾਂ ਮਕਾਨ ਕਿਉਂ ਸੇਲ ਕਰ ਰਹੇ ਹਾਂ, ਕਿਉਂ ਕਿੱਦਾਂ, ਅਤੇ ਸਾਰੇ ਐਂਡ ਤੱਕ ਜ਼ਰੂਰ ਵੇਖਿਓ ਵਲੋਗ ਨੂੰ। ਅਤੇ ਉਸ ਤੋਂ ਪਹਿਲਾਂ ਆਪਾਂ ਲੈ ਆਈਏ ਥੋੜ੍ਹਾ ਜਿਹਾ ਸਮਾਨ, ਅੱਜ ਦਿਲ ਕਰ ਰਿਹਾ ਕਿ ਸੈਂਡਵਿਚ ਖਾਣ ਨੂੰ, ਅਤੇ ਆਪਾਂ ਚੀਜ਼ ਵਗੈਰਾ ਲੈ ਆਈਏ ਹੈ ਨਾ ਜਾ ਕੇ ਬਾਜ਼ਾਰੋਂ, ਅਤੇ ਫਿਰ ਬਣਾਉਂਦੇ ਹਾਂ ਅੱਗੇ ਥੋੜ੍ਹਾ ਜਿਹਾ ਸੈਂਡਵਿਚ। ਧੁੱਪ ਵੀ ਲੱਗੀ ਆ, ਹਵਾ ਵੀ ਲੱਗ ਰਹੀ ਆ, ਮਜ਼ੇਦਾਰ ਮੌਸਮ ਹੈ। ਨਾ ਜ਼ਿਆਦਾ ਗਰਮੀ ਲੱਗ ਰਹੀ, ਨਾ ਜ਼ਿਆਦਾ ਠੰਡ ਬਾਈਕ 'ਤੇ। ਉੱਦਾਂ ਜੇ ਨੇਰਾ ਧੁੱਪੇ ਪੈ ਜਾਓ ਤਾਂ ਫਿਰ ਤਾਂ ਲੱਗਦੀ ਹੈ ਗਰਮੀ, ਅਤੇ ਇੱਦਾਂ ਠੀਕ ਆ ਉੱਦਾਂ ਮਾਹੌਲ, ਵਧੀਆ ਮੌਸਮ, ਸਾਰੇ ਬੰਨੇ ਹਰਿਆਲੀ ਹਰਿਆਲੀ ਹੋ ਗਈ ਆ ਉਸ ਦਿਨ। ਸਾਹਮਣੇ ਆਈਏ ਸਮਰਾਟ ਪੁਆਇੰਟ ਦਾ ਸ਼ੋਰੂਮ, ਇੱਥੋਂ ਆਪਾਂ ਖਰੀਦਦੇ ਹਾਂ ਔਰ ਚੀਜ਼ ਵਗੈਰਾ, ਹੋਰ ਵੀ ਸਮਾਨ ਸਬਜ਼ੀਆਂ ਵੀ ਮਿਲ ਜਾਂਦੀਆਂ। ਇੱਦਾਂ ਲਾਈਨ ਸਿਰ ਲੱਗਾ ਸਮਾਨ, ਤੁਸੀਂ ਦੇਖ ਸਕਦੇ ਹੋ। ਚੀਜ਼ਾਂ 'ਚ ਕੋਈ ਸਮਾਨ ਖਰੀਦ ਲਿਆ, ਬਰਾਊਨ ਬੈਡ ਵੀ ਖਰੀਦ ਲਈ, ਚੀਜ਼ ਵੀ ਖਰੀਦ ਲਈ, ਹੁਣ ਲੈ ਕੇ ਚੱਲਦੇ ਘਰ। ਕਾਫੀ ਵੱਡਾ ਹੈਗਾ ਸਮਾਰਟ ਪੁਆਇੰਟ, ਇੱਥੋਂ ਹਰ ਚੀਜ਼ ਮਿਲ ਜਾਂਦੀ ਹੈ ਅੰਦਰੋਂ, ਵਧੀਆ ਕਾਫੀ। ਹੋਰ ਸਮਾਨ ਕੋਈ ਲਓ ਜੀ, ਸਮਾਨ ਲੈ ਲਿਆ, ਚੱਲਦੇ ਘਰ। ਗਾਇਕ ਹੋ ਗਏ ਨੇ ਇੱਥੋਂ, ਸਾਨੂੰ ਗੋਲ ਗੱਪੇ ਨਾਲ ਲੈ ਆਏ ਨੇ ਫਰੀਦ ਵਾਸਤੇ ਵੀ, ਗੋਲ ਗੱਪੇ ਲੈਂਦੇ ਹਾਂ। ਘੋੜੇ ਵੀ ਕਦੇ ਕਦੇ ਨਜ਼ਰ ਆਉਂਦੇ ਹੋਣਗੇ, ਬਹੁਤ ਘੱਟ ਗਏ ਨੇ। ਪਹਿਲਾਂ ਜ਼ਿਆਦਾਤਰ ਸਬਜ਼ੀਆਂ ਵੀ ਹੈ ਨਾ, ਹੋਰ ਵੀ ਸਮਾਨ ਇੱਦਾਂ ਘੋੜਿਆਂ ਦੇ ਵਿਕਦਾ ਹੁੰਦਾ ਸੀਗਾ, ਹੁਣ ਤਾਂ ਚਲੋ ਆਟੋ ਆਟੋ ਜੀ ਇਹਨਾਂ ਵੇਚਦੇ ਨੇ ਹੈ ਨਾ, ਜਾਂ ਮੋਟਰਸਾਈਕਲ ਲਾਇਆ ਹੁੰਦਾ ਰੇਹੜੀ ਦੇ ਨਾਲ ਤਾਂ ਵੇਚਦੇ ਨੇ। ਅਤੇ ਮਤਲਬ ਪੁਰਾਣੀਆਂ ਚੀਜ਼ਾਂ ਬਹੁਤ ਘੱਟ ਗਈਆਂ ਨੇ, ਟਾਵੀਆਂ ਟਾਵੀਆਂ ਨਜ਼ਰ ਆਉਂਦੀਆਂ। ਲਓ ਜੀ ਪਹੁੰਚ ਗਏ ਘਰ, ਥੈਲਾ ਤਾਂ ਵਾਹ ਭਾਰਾ ਜਿਹਾ ਹੋ ਗਿਆ, ਸਮਾਨ ਹੋਰ ਵੀ ਰੱਖ ਲਿਆ ਮੈਂ। ਗੁਰਬਾਜ ਸਾਡਾ ਸੁੱਤਾ ਉੱਠਿਆ ਅਤੇ ਪੀਂਡਿਆ ਚਾਹ। ਗੁਰਬਾਜ ਲਓ ਜੀ, ਹੁਣ ਆਪਾਂ ਕਰ ਲਈਏ ਸੈਂਡਵਿਚ ਦੀ ਤਿਆਰੀ, ਅਤੇ ਸਬਜ਼ੀਆਂ ਵਗੈਰਾ ਕੱਟ ਲਈਏ, ਅਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਸ਼ੁਰੂਆਤ। ਅੱਜ ਕੱਲ੍ਹ ਦੀਆਂ ਸ਼ਿਮਲਾ ਮਿਰਚਾਂ ਵੇਖੋ, ਨਾ ਕਿਸੇ ਬੰਨੇ ਮੂੰਹ ਜਾਂ ਬਣਦੀ, ਨਾ ਗੱਲਬਾਤ, ਚੱਬੜ ਗਈਆਂ ਸ਼ਿਮਲਾ ਮਿਰਚਾਂ ਹੈ ਨਾ। ਪਹਿਲਾਂ ਜਿਹੜੀਆਂ ਵੱਡੀਆਂ ਸ਼ਿਮਲਾ ਮਿਰਚਾਂ ਹੁੰਦੀਆਂ, ਹੁਣ 'ਚ ਛਿੱਬੜੀਆਂ ਆਉਣ ਲੱਗ ਪਈਆਂ ਸ਼ਿਮਲਾ ਮਿਰਚਾਂ। ਲੈਂਦਾ ਸ਼੍ਰੀ ਆਨੰਦਪੁਰ ਸਾਹਿਬ ਤੋਂ, ਫਿਰ ਬਰੀਕ ਪਿਆਜ਼ ਕੱਟਣੇ ਹੋਣ ਤਾਂ ਮਿੰਟੋ ਮਿੰਟੀ ਕੱਟੇ ਜਾਂਦੇ, ਜਦੋਂ ਆਪ ਮਿੰਟੋ ਮਿੰਟੀ ਕੱਟੇਗਾ, ਨੱਪ ਕੇ ਰੱਖ ਨੱਪ ਕੇ, ਹਾਂ ਕਈ ਸ਼ਾਮ ਪਿਆਜ਼ ਕੱਟਦੇ ਹਨ ਬਰੀਕ ਬਰੀਕ। ਚੱਲ ਕੋਈ ਨਾ, ਠੀਕ ਹੈ, ਸਹੀ ਹੈ। ਹੁਣ ਇਹਦੇ 'ਚ ਸ਼ਿਮਲਾ ਮਿਰਚ ਵੀ ਲਓ ਜੀ, ਪਿਆਜ਼ ਵੀ ਆਪਾਂ ਕੱਟ ਲਿਆ, ਅਤੇ ਹੁਣ ਕੱਟਦੇ ਹਾਂ ਥੋੜ੍ਹੀ ਥੋੜ੍ਹੀ ਸ਼ਿਮਲਾ ਮਿਰਚ। ਲਓ ਜੀ, ਇੱਧਰ ਘਿਓ ਗਰਮ ਰੱਖਤਾ, ਅਤੇ ਉੱਧਰ ਬ੍ਰੈਡ ਦੀ ਫੋਲ ਫੋਲ ਲਾਈਏ।
ਚੀਜ਼ ਵੀ ਜੰਮ ਗਈ, ਠੰਡੀ ਲੱਗੀ ਫਰਿੱਜ ਦੇ ਵਿੱਚ। ਆਖੋ ਸੌਸ ਬ੍ਰੈਡ ਅਤੇ ਪੀਜ਼ਾ ਸੌਸ ਲਾ ਲਈਏ ਅਤੇ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਤਿਆਰੀ। ਜਿਹੜਾ ਕੱਟਿਆ ਹੋਇਆ ਸਮਾਨ ਆਈਏ ਉੱਪਰਲੀ ਸਾਈਡ, ਕਾਲੀ ਮਿਰਚ, ਚੀਜ਼ ਆ ਗਈ ਜੀ, ਚਲੋ ਬਹੁਤ ਆ, ਬਾਅਦ 'ਚ ਬਾਹਰ ਨਾ ਆ ਜਾਏ ਚੀਜ਼, ਸਾਨੂੰ ਹਿਸਾਬ ਨਾਲ ਹੀ ਪਾਉਣੀ ਚਾਹੀਦੀ। ਅਤੇ ਦੂਜੇ ਬੰਨੇ ਲਾ ਲਈਏ ਗਾਰਲਿਕ ਚਿੱਲੀ ਸੌਸ, ਦੂਜੇ ਬੰਨੇ ਲਾ ਲਈਏ ਆਪਾਂ ਚਿੱਲੀ ਸੌਸ ਅਤੇ ਕਰ ਦਿੰਦੇ ਬੰਦ, ਪਟਾਰੀ ਹੋ ਗਈ ਜੇ ਬੰਦ। ਅਤੇ ਹੁਣ ਆਪਾਂ ਕਰਦੇ ਹਾਂ ਜੀ ਇਹਨੂੰ ਫਰਾਈ। ਇੱਧਰ ਆ ਗਿਆ ਜੀ ਕਿਲ, ਸੌ ਹੁਣ ਕਰਦੇ ਹਾਂ ਜੀ ਫਰਾਈ। ਲਓ ਜੀ ਪ੍ਰੀਤ ਨੇ ਕਰਤੇ ਲਾਲੋ ਲਾਲ ਅਤੇ ਬ੍ਰੈਡ, ਇਹ ਦੇਸੀ ਸਟਾਈਲ ਹੈ ਜੀ ਬਣਾਉਣ ਦਾ ਸੈਂਡਵਿਚ। ਜੇ ਉੱਦਾਂ ਦੇ ਸਟੈਂਡ ਹੁੰਦਾ ਸਟੈਂਡਵਿਚ ਦਾ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਇਹ ਦੇਸੀ ਸਟਾਈਲ। ਜੇ ਆਪਣੇ ਕੋਲ ਨਹੀਂ ਸਟੈਂਡ ਹੈਗਾ ਅਤੇ ਆਪਾਂ ਇੱਦਾਂ ਵੀ ਬਣਾ ਸਕਦੇ ਹਾਂ ਨੋਰਮਲੀ ਘਰ ਦੇ ਵਿੱਚ ਤਵੇ ਦੇ ਉੱਪਰ ਹੀ। ਲਓ ਜੀ ਰੈਡੀ ਹੋ ਗਏ, ਆ ਗਏ ਜੀ ਸਾਡੇ ਸੈਂਡਵਿਚ। ਅਤੇ ਇੱਧਰ ਹੋ ਜਾਏ ਹੋਰ ਵੀ ਰੈਡੀ ਹੋ ਰਹੇ ਆ, ਅਤੇ ਮੰਮੀ ਜੀ ਵੀ ਆਉਂਦੇ ਹੋਣੇ ਅਤੇ ਉਹਨਾਂ ਨੂੰ ਵੀ ਛਕਾਉਂਦੇ ਹਾਂ। ਆ ਗਏ ਜੀ, ਵਾਹ, ਪ੍ਰੀਤ ਨੂੰ ਸੈਂਡਵਿਚ ਦੀ ਆਪਾਂ ਨਾ ਲਵਾ ਦੇਣੀ ਦੁਕਾਨ ਖੋਲ੍ਹ ਦੇਣੀ ਇੱਕ, ਅਤੇ ਸੈਂਡਵਿਚ ਵਾਲੀ ਪ੍ਰੀਤ ਕਿਹਾ ਕਰੋ ਇਹਨੂੰ ਹੁਣ, ਸੈਂਡਵਿਚ ਵਾਲੀ ਸੈਂਡਵਿਚ ਵਧੀਆ ਬਣਾ ਲੈਂਦੀ ਹੈ ਫਸਟ ਕਲਾਸ। ਲਓ ਜੀ ਮੈਂ ਕਿਹਾ ਹੁਣ ਆਪਾਂ ਵੀ ਕਰੀਏ ਟੇਸਟ, ਰੱਖੋ ਜੀ ਕਿਹੜੇ ਗਿਆ ਮਤਲਬ ਮਿਰਚਾਂ ਵਾਲੇ ਕਿਹੜੇ ਗੁਰਬਾਜ਼ ਅਤੇ ਸਿੰਪਲ ਹੀ ਬਣਾਏ। ਅੱਛਾ ਮਿਰਚਾਂ ਵਾਲੇ ਨੇ, ਠੀਕ ਹੈ। ਲਓ ਜੀ ਮੈਂ ਕਿਹਾ ਆਪਾਂ ਵੀ ਕਰਦੇ ਹਾਂ ਟੇਸਟ। ਇੱਧਰ ਆ ਗਈ ਟਮਾਟੋ ਸੌਸ ਅਤੇ ਨਾਲ ਆ ਗਏ ਜੀ ਗਰਮਾ ਗਰਮ ਸੈਂਡਵਿਚ। ਅਤੇ ਗੁਰਬਾਜ਼ ਸਾਹਿਬ ਸਾਡੇ ਉੱਥੇ ਬੈਠੇ ਨੇ, ਉਹ ਚੁੱਕ ਕੇ ਲੈ ਗਏ ਵਿੱਚ ਪਲੇਟ 'ਚੋਂ ਹੀ। ਹਾਂਜੀ ਜੰਮੀ ਆ, ਜੰਮੀ ਆ ਗੁਰਬਾਜ਼ ਸਾਹਿਬ, ਪਹਿਲਾਂ ਦੱਸੋ ਜੰਮੀ ਆ, ਦੱਸੋ ਖਾ ਕੇ ਦੱਸੋ ਜੰਮੀ ਆ ਬਾਜ, ਇਹ ਜੰਮੀ ਆ ਵੇਖੋ ਜਰਾ, ਮਰਜ਼ੀ ਦਾ ਮਾਲਕ ਆ, ਜੰਮੀ ਆ ਨਾ ਬਾਜ ਸਾਹਿਬ ਹਾਨੇ ਦੱਸਦੇ ਨਹੀਂ ਫੋਨ ਨਾਲ ਲੱਗਾ ਨਾਲ। ਲਓ ਜੀ ਆ ਗਏ ਗਰਮ ਗਰਮ ਸੈਂਡਵਿਚ, ਸੋ ਕਰਦੇ ਹਾਂ ਟਰਾਈ। ਅੰਦਰਲੀ ਸਾਈਡ ਤੋਂ ਤੁਹਾਨੂੰ ਦਿਖਾਉਂਦਾ ਕਿ ਆਪਣਾ ਹਾਫ ਚੀਜ਼ ਸਾਰੀ ਮੈਲਟ ਹੋ ਗਈ ਅੰਦਰਲੀ ਸਾਈਡ। ਬਹੁਤ ਕਰਦੇ ਹਾਂ ਟੇਸਟ, ਬਹੁਤ ਸਵਾਦ ਬਣੇ ਆ। ਚੀਜ਼ ਨਾਲ ਕੋਈ ਅਲੱਗ ਜਿਹੀ ਫੀਲਿੰਗ ਆਉਂਦੀ, ਜਿਵੇਂ ਪੀਜ਼ਾ ਦੀ ਫੀਲਿੰਗ ਆਉਂਦੀ ਹੈ ਨਾ, ਜਿਵੇਂ ਪੀਜ਼ਾ ਖਾਈਦਾ ਉੱਦਾਂ ਦੀ ਫੀਲਿੰਗ ਆਉਂਦੀ ਆ। ਸੋ ਬਹੁਤ ਸਵਾਦ ਬਣੇ ਨੇ ਜੀ ਸੈਂਡਵਿਚ।
ਮੰਮੀ ਹੁਣੀ ਪਹੁੰਚ ਚੁੱਕੇ ਆ ਤੇ ਮੰਮੀ ਹੁਣੀ ਕਹਿਣ ਡੇ ਮੰਮੀ ਠੀਕ ਆ ਸਵਾਦ ਬਣੇ ਆ ਹੈਂ ਹਾਂ ਮੰਮੀ ਹੁਣਾਂ ਸਵਾਦ ਲੱਗੇ ਆ ਹਨਾ ਜਿੱਦਾਂ ਪੀਜ਼ਾ ਖਾਈਦਾ ਮੰਮੀ ਉਸ ਟਾਈਪ ਵੀ ਬਣੇ ਹਨਾ ਗੁਰਬਾਜ ਨੂੰ ਵੀ ਬੜੇ ਪਸੰਦ ਆਏ ਕਹਿੰਦਾ ਪੀਜ਼ਾ ਗੁਰਬਾਜ ਵੀ ਕਹਿੰਦਾ ਪੀਜ਼ਾ ਮੰਮੀ ਚੀਜ਼ ਭਾਈ ਚੀਜ਼ ਹਾਂ ਮੈਂ ਚੀਜ਼ ਹੈਗੀ ਹੈ ਨਾਲ ਆ ਗਈ ਠੰਡੀ ਠੰਡੀ ਕੋਲਡ ਡਰਿੰਕ ਅਤੇ ਨਾਲ ਖਾਣੇ ਜੀ ਸੈਂਡਵਿਚ ਇੰਜੋਏਮੈਂਟ ਕਰਨਾ ਚਾਹੀਦਾ ਜੀ ਜ਼ਿੰਦਗੀ ਦਾ ਜ਼ਿੰਦਗੀ ਕਿਹੜਾ ਆਪਾਂ ਨੂੰ ਵਾਰ ਵਾਰ ਮਿਲਦੀ ਆ ਸੋ ਖਾਣਾ ਪੀਣਾ ਚਾਹੀਦਾ ਜੀ ਜ਼ਿੰਦਗੀ ਦੇ ਵਿੱਚ ਹਨਾ ਗੁਰਬਾਜ ਸਾਹਿਬ ਇੱਧਰ ਰੱਖੋ ਕੋਈ ਫਿਕਰ ਹੈਗਾ ਕਿਸੇ ਚੀਜ਼ ਦਾ ਅਸੀਂ ਇਹੋ ਜਿਹੀ ਹੋਣੀ ਚਾਹੀਦੀ ਜ਼ਿੰਦਗੀ ਖਾਓ ਪੀਓ ਆਨੰਦ ਲਓ ਪਤਾ ਨਹੀਂ ਫਿਰ ਹਨਾ ਕਦੋਂ ਜਨਮ ਮਿਲਣਾ ਫਿਰ ਮਹਾਰਾਜ ਦੀ ਕਿਰਪਾ ਨਾਲ ਇੰਜੋਏਮੈਂਟ ਕਰਨਾ ਚਾਹੀਦਾ ਜ਼ਿੰਦਗੀ ਦੇ ਵਿੱਚ ਸੈਂਡਵਿਚ ਤਾਂ ਆਪਾਂ ਖਾ ਲਿਆ ਲੇਕਿਨ ਤੁਹਾਨੂੰ ਦੱਸ ਦਈਏ ਕਿ ਅਸੀਂ ਜਿਹੜਾ ਇਹ ਆਪਣਾ ਹੈਗਾ ਘਰ ਜਿਹੜਾ ਪੁਰਾਣੇ ਘਰ ਜਿੱਥੇ ਆਪਾਂ ਹੁਣ ਰਹਿ ਰਹੇ ਹਾਂ ਇਹ ਆਪਾਂ ਕਰ ਦਿੱਤਾ ਹੈਗਾ ਸੇਲ ਅਤੇ ਸੇਲ ਆਪਾਂ ਪਤਾ ਕਿਉਂ ਕੀਤਾ ਕਿਉਂਕਿ ਆਪਾਂ ਜਿਹੜਾ ਨਵਾਂ ਹੁਣ ਮਤਲਬ ਘਰ ਬਣਾ ਰਹੇ ਹਾਂ ਅਤੇ ਉਹਦੇ ਵਿੱਚ ਹੀ ਹੁਣ ਆਪਾਂ ਜਾ ਕੇ ਆਪਣੀ ਰਿਹਾਇਸ਼ ਕਰ ਲੈਣੀ ਹੈਗੀ ਆ ਅਤੇ ਅਸੀਂ ਇਹ ਸੋਚਿਆ ਕਿ ਚਲੋ ਹੁਣ ਪੁਰਾਣੇ ਘਰ ਨੂੰ ਸੇਲ ਕਰ ਦਈਏ ਅਤੇ ਸੋ ਗਾਹਕ ਵੀ ਆ ਗਿਆ ਪੁਰਾਣੇ ਘਰ ਦਾ ਅਤੇ ਉਹਨੇ ਦੇਖਿਆ ਦੁਖਿਆ ਅਤੇ ਫਿਰ ਉਹਨਾਂ ਨੇ ਹਾਂ ਕਰ ਦਿੱਤੀ ਆ ਅਤੇ ਇਸ ਕਰਕੇ ਆਪਾਂ ਉਹਨਾਂ ਨੂੰ ਫਿਰ ਸੇਲ ਕਰ ਦਿੱਤਾ ਹੈਗਾ ਆਪਣਾ ਪੁਰਾਣਾ ਘਰ ਅਤੇ ਇਸ ਘਰ ਦੇ ਨਾਲ ਜਿਹੜੀਆਂ ਸਾਡੀਆਂ ਯਾਦਾਂ ਜੁੜੀਆਂ ਜਦੋਂ ਇਕੱਠੇ ਬਹਿਣਾ ਹੈ ਨਾ ਇਕੱਠੇ ਖਾਣਾ ਪੀਣਾ ਸੋ ਬੜੀਆਂ ਯਾਦਾਂ ਜੁੜੀਆਂ ਨੇ ਸਾਡੀਆਂ ਇਸ ਘਰ ਦੇ ਨਾਲ ਸੋ ਥੋੜ੍ਹਾ ਬਹੁਤਾ ਫੀਲਿੰਗ ਹੀ ਲੈਂਦੇ ਹਾਂ ਉਸ ਯਾਦਾਂ ਨੂੰ ਤਾਜ਼ੀਆਂ ਕਰਨ ਵਾਸਤੇ ਅਤੇ ਇੱਥੇ ਇੱਥੇ ਬਹਿ ਕੇ ਤੁਹਾਨੂੰ ਦੱਸਾਂਗੇ ਵੀ ਗੱਲਾਂ ਬਾਤਾਂ ਕੀਤੀਆਂ ਹੈ ਨਾ ਕਾਹਦਾ ਪੀਤਾ ਹੈ ਨਾ ਹਾਸਾ ਮਜ਼ਾਕ ਸੋ ਗੱਲਬਾਤ ਹੈ ਨਾ ਤੁਹਾਨੂੰ ਦਿਖਾਉਂਦੇ ਹਾਂ ਸੋ ਇੱਕ ਤਾਂ ਆਹ ਪੁਰਾਣੀ ਯਾਦ ਜੁੜੀ ਆ ਹਾਂ ਭੁੰਜੇ ਬਹਿ ਕੇ ਸਬਜ਼ੀਆਂ ਕੱਟਣੀਆਂ ਹੈ ਨਾ ਇਹ ਪੁਰਾਣੀ ਯਾਦ ਹੀ ਆ ਇੱਕ ਹੋਰ ਤੁਹਾਨੂੰ ਥਾਂ ਦਿਖਾਉਂਦਾ ਮੈਂ ਜਿੱਥੇ ਨੌਂ ਸੱਸ ਬਹਿ ਕੇ ਨਾ ਬੜੀਆਂ ਗੱਲਾਂ ਜਿਹੀਆਂ ਮਾਰਦੀਆਂ ਉਹ ਵੀ ਤੁਹਾਨੂੰ ਸਪੈਸ਼ਲ ਥਾਂ ਦਿਖਾਉਂਦੇ ਉਹ ਵੀ ਤੁਹਾਨੂੰ ਉਹ ਤੁਹਾਨੂੰ ਉਹ ਸਪੈਸ਼ਲ ਥਾਂ ਦਿਖਾਉਣਾ ਹੈ ਉਹ ਸਪੈਸ਼ਲ ਥਾਂ ਹੈਗੀ ਆ ਵਾਲੀ ਇਸ ਜਗ੍ਹਾ 'ਤੇ ਬਹਿ ਕੇ ਨਾ ਇੱਧਰ ਮਤਲਬ ਮੰਮੀ ਹੋਣਾਂ ਨੇ ਕੁਰਸੀ ਡਾਹੀ ਹੋਣੀ ਅਤੇ ਇੱਧਰ ਸੰਦੀਪ ਨੇ ਬੈਠੀ ਹੋਣਾ ਅਤੇ ਇੱਧਰ ਇੰਨੇ ਪ੍ਰੀਤ ਨੇ ਬੈਠੀ ਹੋਣਾ ਅਤੇ ਇੱਥੇ ਅਤੇ ਇੱਧਰ ਗੱਲਾਂ ਮਾਰਦੇ ਰਹਿਣਾ ਤਿੰਨਾਂ ਨੇ ਇਸ ਜਗ੍ਹਾ 'ਤੇ ਬਹਿ ਕੇ ਉਹ ਯਾਦ ਹਜੇ ਵੀ ਤਾਜ਼ਾ ਆ ਮੈਨੂੰ ਚੇਤਾ ਵਾ ਉਹ ਨਾਲ ਹੀ ਪਤੀ ਦੇ ਪਤੀ ਦੰਦ ਬਾਹਰ ਆ ਗਏ ਨਾ ਵੀ ਗੱਲ ਸਹੀ ਕਰਨ ਡਿਆ ਪ੍ਰੀਤ ਤੁਹਾਨੂੰ ਹੋਰ ਤਾਜ਼ਾ ਕਰਾਉਣ ਗਈ ਯਾਦ ਕਿਹੜੀ ਯਾਦ ਤਾਜ਼ਾ ਕਰਾਇਆ ਜੀ ਰੋਜ਼ ਨਾ ਨੌਂ ਨੌਂ ਸਾਡਾ ਵਿਆਹ ਆ ਜੀ ਕਰਾਇਓ ਯਾਦ ਯਾਰ ਸਾਰਿਆਂ ਨੂੰ ਇੱਕ ਦੋ ਦਿਨ ਹੋਏ ਹਨਾ ਇੱਕੋ ਦਿਨ ਹੋਇਆ ਸੀ ਜਦੋਂ ਮੱਥਾ ਟੇਕ ਕੇ ਮਾਣੀ ਦੇਵੀ ਬੈਠੀ ਲਵਲੀ ਭੈਣ ਹਲੇ ਸਵੀਟੀ ਆਈ ਸੁਦੀਪ ਆਈ ਬਾਰਾਂ ਦੇ ਉਹਨੇ ਹਲੇ ਆ ਕੇ ਹਲੇ ਬੈਠਣ ਲੱਗੀ ਆ ਨਾਲੇ ਮੰਜਾ ਟੁੱਟ ਗਿਆ ਨਹੀਂ ਇਸ ਜਗ੍ਹਾ ਦਾ ਹੀ ਮੰਜਾ ਇੱਥੇ 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 ਹੀ ਆ ਉਹ ਇੱਥੇ ਹੀ ਮਤਲਬ ਆਪਾਂ ਫੈਮਿਲੀ ਮੈਂਬਰ ਹੋ ਗਏ ਸੀ ਕਿੰਨੇ ਕੌਣ ਕੌਣ ਬੈਠਾ ਮੈਂ ਤੁਸੀਂ ਮਾਣੀ ਦੀਦੀ ਚਾਰ ਅਤੇ ਇੱਕ ਹੋਰ ਵੀ ਕੋਈ ਬੈਠਾ ਸੀ ਛੋਟਾ ਬੱਚਾ ਵੀ ਸੀਗਾ ਸ਼ਰਾਜ ਹੀ ਪੁਰਾਣੀ ਆਹੋ ਹਜੇ ਨਿਕਲਿਆ ਹੀ ਆ ਨਾ ਥੱਲੇ ਵੜਿਆ ਸੀ ਉਹ ਮੰਜੇ 'ਤੇ ਆਹੋ ਆਹੋ ਉਹ ਨਾ ਅਤੇ ਉਹ ਜਦੋਂ ਮਤਲਬ ਤੁਹਾਨੂੰ ਪਤਾ ਹੀ ਆ ਜਿਹੜੇ ਆ ਫੋਲਡਿੰਗ ਮੰਜੇ ਹੁੰਦੇ ਆ ਹੈ ਨਾ ਇਹਨਾਂ ਦੀ ਜਿਹੜੇ ਪਾਈਪਾਂ ਹੁੰਦੀਆਂ ਮਾੜੀਆਂ ਹੁੰਦੀਆਂ ਵਾ
ਆ ਵਿੱਚ ਕਾ ਉਹ ਜਦੋਂ ਉੱਤੇ ਸਾਰੇ ਜਦੋਂ ਵੇਖਿਆ ਵੀ ਉਹ 'ਤੇ ਵਜ਼ਨ ਜ਼ਿਆਦਾ ਹੋ ਗਿਆ ਪਾਈਪਾਂ ਨਾਲ, ਉਹ ਥੱਲੇ ਬਹਿ ਗਏ, ਉਹ ਥੱਲੇ ਵੜ ਗਏ ਸਾਰੇ, ਇੱਕਦਮ ਹੀ ਥੱਲੇ ਚਲ ਗਿਆ ਮੰਜਾ। ਆਹ ਦਿਖਾਉਂਦਾ ਨਾ ਆਹ ਜਿਹੜਾ ਫੋਲਡਿੰਗ ਮੰਜੇ ਹੁੰਦੇ ਆ, ਉਹ ਪਾਈਪਾਂ ਕਿਤੇ ਕਿੰਨੀਆਂ ਕੁ ਜਿਹੜੀਆਂ ਮਜ਼ਬੂਤ ਆ, ਹੈ ਨਾ। ਜਦੋਂ ਬੈਠੇ ਸਾਰਿਆਂ ਨਾਲ ਜ਼ਿਆਦਾ ਹੋਏ, ਮਤਲਬ ਭਾਰ ਹੈਵੀ ਹੋ ਗਿਆ, ਉਹ ਮੰਜਾ ਕਰਦਾ ਕੜੱਪ ਸਿੱਧਾ ਹੀ ਉਹਦੀ ਪੈ ਪਈ ਆ ਜਿਹੜੀ ਇੱਕ ਸਾਈਡ ਦੀ ਟੁੱਟ ਗਈ, ਨੀਵਾਂ ਹੋ ਗਿਆ ਮੰਜਾ, ਸਾਰੇ ਅੰਦਰ ਵਿੱਚ ਧੱਸ ਗਏ ਉਹਦੇ ਮੰਜੇ ਦੇ। ਸੋ ਇਹ ਵੀ ਬੜੀ ਵਧੀਆ ਯਾਦ ਜੁੜੀ ਆ, ਅਤੇ ਕੁਝ ਮੰਮੀ ਹੋਣਾਂ ਦੀਆਂ ਵੀ ਯਾਦਾਂ ਨੇ ਇੱਥੇ, ਅਤੇ ਮੈਂ ਕਿਹਾ ਹੁਣ ਮਕਾਨ ਸੇਲ ਕਰ ਦੇਣਾ ਅਤੇ ਆਪਣੀਆਂ ਯਾਦਾਂ ਜਿਹੜੀਆਂ ਇੱਥੇ ਰਹਿ ਜਾਣੀਆਂ। ਹੈਂ ਹਾਂ, ਅਤੇ ਹੋਰ ਇੱਥੇ ਕਈ ਮਤਲਬ ਕਿੱਦਾਂ, ਹੈ ਨਾ, ਉਹ ਹੀ ਤਾਂ ਕਹਿਣ ਡਿਆ। ਹਾਂ ਹਾਂ, ਸਹੀ ਗੱਲ ਹੈ, ਸਹੀ ਗੱਲ ਆ। ਸੋ ਇਸ ਰੂਮ ਨਾਲ ਵੀ ਬੜੀਆਂ ਯਾਦਾਂ ਜੁੜੀਆਂ ਸੀ ਸਾਡਾ, ਇੱਕ ਜਦੋਂ ਅਸੀਂ ਨਵਾਂ ਨਵਾਂ ਰੂਮ ਲਿਆ ਸੀ ਅਤੇ ਸੁਪਨਾ ਸੀ ਕਿ ਆਪਾਂ ਇਹਨੂੰ ਮਤਲਬ ਵਧੀਆ ਡੈਕੋਰੇਸ਼ਨ ਕਰਵਾਈਏ ਮਤਲਬ, ਅਤੇ ਫਿਰ ਆਪਾਂ ਦੀ ਇਹ ਸਲਾਹ ਬਣੀ ਵੀ ਆਪਾਂ ਵਾਲਪੇਪਰ ਲਗਾਇਆ ਹੈਗਾ, ਅਤੇ ਵਾਲਪੇਪਰ ਵੀ ਅਸੀਂ ਆਪ ਹੀ ਲਗਾਇਆ ਵੀ, ਯਾਦਾਂ ਜੁੜੀਆਂ ਨੇ, ਅਤੇ ਮੈਂ ਦੀਪ ਬਾਈ ਅਤੇ ਹਰਮਨ ਅਸੀਂ ਇਕੱਠਿਆਂ ਨੇ ਅਤੇ ਇਸ ਵਾਲਪੇਪਰ ਨੂੰ ਆਪ ਹੀ ਖੁਦ ਹੀ ਲਗਾਇਆ ਹੈਗਾ ਸਾਰੇ ਨੂੰ, ਅਤੇ ਬੜੀ ਮਿਹਨਤ ਕੀਤੀ ਹੋਈ ਇਸ ਘਰ ਲਈ ਆਪਾਂ। ਅਤੇ ਇਸ ਬੈੱਡ ਦੇ ਉੱਪਰ ਵੀ ਬੜੀਆਂ ਯਾਦਾਂ ਜੁੜੀਆਂ ਨੇ, ਜਿੱਥੇ ਕਿ ਆਪਾਂ ਬਹਿ ਕੇ ਬਹੁਤ ਸੈਲੀਬ੍ਰੇਟ ਕੀਤੇ ਨੇ ਸੰਦੀਪ ਹੋਣਾਂ ਨਾਲ, ਹੈ ਨਾ, ਆਪਣੀ ਫੈਮਿਲੀ ਦੇ ਨਾਲ ਸਾਰੇ ਇਕੱਠੇ ਹੋ ਕੇ ਬਹਿ ਕੇ ਬਹੁਤ ਇੰਜੋਇਮੈਂਟ ਕੀਤੇ ਨੇ। ਸੋ ਇਸ ਬੈੱਡ 'ਤੇ ਵੀ ਬੜੀਆਂ ਯਾਦਾਂ ਜੁੜੀਆਂ ਨੇ, ਇੱਥੇ ਇਸ ਜਗ੍ਹਾ ਦੇ ਉੱਪਰ ਹੀ ਬਹੁਤ ਯਾਦਾਂ ਜੁੜੀਆਂ ਨੇ ਸਾਡੀਆਂ। ਅਤੇ ਸੋ ਤੁਹਾਨੂੰ ਉਹ ਮਾੜੀ ਜਿਹੀ ਤਾਜ਼ਾ ਕਰਾਉਣਾ ਯਾਦ ਵੀ ਜਿੱਦਾਂ ਮੰਮੀ ਹੋਣੀ ਬੈਠੇ ਹੁੰਦੇ ਸੀ ਅਤੇ ਸੰਦੀਪ ਬੈਠੀ ਹੋਣੀ ਅਤੇ ਨਾਲ ਪ੍ਰੀਤ ਵੀ ਬੈਠੀ ਹੋਣੀ ਅਤੇ ਮੰਮੀ ਬੈਠੇ ਰਹਿਣ, ਉਹ ਯਾਦ ਤਾਜ਼ੀ ਕਰਾਉਣੀ ਆਪਾਂ ਫਿਰ ਇੱਕ ਵਾਰੀ। ਸੋ ਇੱਦਾਂ ਮੰਮੀ ਹੋਣੀ ਬੈਠੇ ਹੋਣਾ ਅਤੇ ਇੱਧਰਲੇ ਬੰਨੇ ਪ੍ਰੀਤ ਨੇ ਬੈਠੀ ਹੋਣਾ, ਨਾਲ ਇੱਥੇ ਸੰਦੀਪ ਨੇ ਬੈਠੀ ਹੋਣਾ, ਇਹਨਾਂ ਤਿੰਨਾਂ ਨੇ ਚੰਗੀਆਂ ਗੱਲਾਂ ਬਾਤਾਂ ਮਾਰਨੀਆਂ। ਅਤੇ ਹੈਂ ਆਹੋ ਕਈ ਵਾਲੇ ਉੱਪਰ ਵੀ ਬਹਿ ਜਾਂਦੀ ਹੁੰਦੀ ਕਿਸੇ ਵੇਲੇ ਨਾਲ ਬੈਠੀ ਹੁੰਦੀ ਸੀ, ਅਤੇ ਇੱਦਾਂ ਹੀ ਮੰਮੀ ਹੋਣਾਂ ਨੇ ਗੱਲਾਂ ਬਾਤਾਂ ਮਾਰਦੇ ਰਹਿਣਾ, ਦੋ ਦੋ ਘੰਟੇ ਬਹਿ ਗਏ ਇੱਥੇ ਇਸੇ ਜਗ੍ਹਾ ਦੇ ਉੱਪਰ ਹੀ, ਹੈ ਨਾ। ਇਹ ਬੜੀਆਂ ਯਾਦਾਂ, ਹੈ ਨਾ, ਆਹੋ ਉਹੀ ਮੈਂ ਕਹਿ ਰਿਹਾ ਹੁਣ ਚੰਦ ਦਿਨਾਂ ਦੇ ਮਹਿਮਾਨ ਆਪਾਂ ਹੁਣ ਇੱਥੇ, ਅਤੇ ਸੋ ਅਸੀਂ ਹੁਣ ਨਵੇਂ ਘਰ ਦੇ ਵਿੱਚ ਚਲੇ ਜਾਣਾ ਮਹਾਰਾਜ ਦੀ ਕਿਰਪਾ ਨਾਲ, ਉੱਥੇ ਵੀ ਸੁੱਖ ਰੱਖੇ ਸੱਚੇ ਪਾਤਸ਼ਾਹ, ਅਤੇ ਫਿਰ ਉੱਥੇ ਜਾ ਕੇ ਆਪਾਂ ਯਾਦਾਂ ਫਿਰ ਇੱਕ ਤੋਂ ਨਵੀਆਂ ਨਵੀਆਂ ਯਾਦਾਂ ਬਣਾਵਾਂਗੇ ਫਿਰ ਉੱਥੇ, ਉਹ ਕਿੱਥੇ ਕਿੱਥੇ, ਹੈ ਨਾ। ਹਾਂ ਇਹ ਤਾਂ ਹੈ। ਸੋ ਹੁਣ ਉੱਪਰ ਹੀ ਚੱਲਦਾ ਕੁਝ, ਇੱਥੇ ਵੀ ਸਾਡੀਆਂ ਯਾਦਾਂ ਜਿੱਥੇ ਜੁੜੀਆਂ ਨੇ, ਜਿੱਥੇ ਇਕੱਠਿਆਂ ਨੇ ਖਾਧਾ ਪੀਤਾ, ਹੈ ਨਾ ਆਪਾਂ, ਅਤੇ ਸੋ ਇਹ ਆ ਜੀ ਉਹ ਜਗ੍ਹਾ ਜਿੱਥੇ ਆਪਾਂ ਮੰਜਾ ਮਤਲਬ ਡਾਉਂਦੇ ਸੀਗੇ ਇਕੱਠੇ, ਮਤਲਬ ਬਹਿੰਦੇ ਸੀ ਜਿਵੇਂ ਠੰਡ ਦਾ ਮੌਸਮ ਸੀਗਾ, ਅਤੇ ਇਸ ਜਗ੍ਹਾ ਦੇ ਉੱਪਰ ਆਪਾਂ ਮੰਜਾ ਡਾ ਕੇ ਅਤੇ ਸਾਰੀ ਫੈਮਿਲੀ ਨਾਲ ਇੰਜੋਇਮੈਂਟ ਕਰਦੇ ਸੀਗੇ, ਗੱਲਾਂ ਬਾਤਾਂ ਕਰਦੇ ਸੀਗੇ। ਸੋ ਇਸ ਜਗ੍ਹਾ 'ਤੇ ਵੀ ਬੜੀਆਂ ਯਾਦਾਂ ਜੁੜੀਆਂ ਨੀਕ ਦੇ, ਮਤਲਬ ਕਿ ਜਿੱਥੇ ਆਪਾਂ ਜ਼ਿਆਦਾ ਬੈਠੇ ਹਾਂ ਜਾਂ ਗੱਲਾਂ ਬਾਤਾਂ ਕੀਤੀਆਂ ਉਹ ਜਗ੍ਹਾ ਤੁਹਾਨੂੰ ਦਿਖਾ ਰਹੇ ਹਾਂ। ਇੱਥੇ ਆਪਾਂ ਮੰਜਾ ਡਾ ਲੈਂਦੇ ਸੀ ਫੋਲਡਿੰਗ, ਅਤੇ ਸਾਰੇ ਮੰਜੇ ਦੇ ਉੱਪਰ ਬਹਿ ਕੇ ਕੁਝ ਇੱਥੇ ਦੋ ਤਿੰਨ ਕੁਰਸੀਆਂ ਆਲੇ ਦੁਆਲੇ ਡਾ ਕੇ ਅਤੇ ਗੱਲਾਂ ਬਾਤਾਂ ਮਾਰਦੇ ਰਹਿਣਾ ਕਾਫੀ ਦੇਰ। ਅਤੇ ਬਾਕੀ ਇਸ ਰੂਮ ਵਿੱਚ ਯਾਦਾਂ ਤਾਂ ਹੈਗੀਆਂ ਨੇ ਜੁੜੀਆਂ, ਲੇਕਿਨ ਇੱਥੇ ਆਪਾਂ ਥੋੜ੍ਹਾ ਜਿਹਾ ਘੱਟ ਹੀ ਬੈਠੇ ਹਾਂ। ਇੱਥੇ ਤਾਂ ਨਹੀਂ ਬੈਠੀ ਕਿਉਂਕਿ ਜਿਹੜਾ ਆਉਂਦਾ ਥੱਲੇਲੀ ਸਾਈਡ ਥੱਲੇ ਰੂਮ 'ਚ ਜ਼ਿਆਦਾ ਅਸੀਂ ਬੈਠੇ ਹਾਂ। ਇੱਥੇ ਤਾਂ ਰਾਤ ਨੂੰ ਆਪਾਂ ਸੌਣ ਜਦੋਂ ਮਤਲਬ ਸੌਣਾ ਹੁੰਦਾ ਸੀਗਾ ਉਦੋਂ ਫਿਰ ਸਾਰੇ ਇੱਥੇ ਇਕੱਠੇ ਮੰਜੇ ਡਾ ਲੈਂਦੇ ਹਾਂ, ਅਤੇ ਇੱਥੇ ਨਾਲ ਨਾਲ ਸਾਰੇ ਜਣੇ ਪੈ ਜਾਂਦੇ ਹਾਂ ਆਪਾਂ ਮੰਜੇ ਡਾ ਕੇ। ਅਤੇ ਇੱਕ ਯਾਦ ਇੱਥੇ ਵੀ ਜੁੜੀ ਆ ਇਸ ਰੂਮ ਦੇ ਵਿੱਚ, ਵੀ ਸ਼ਾਇਦ ਤੁਸੀਂ ਵੇਖਿਆ ਹੋਣਾ ਮੇਰਾ ਵਲੌਗ ਵੀ ਜਦੋਂ ਆਪਾਂ ਚੈਂਬਰ ਲਗਾਇਆ ਸੀਗਾ ਇੱਥੇ, ਅਤੇ ਸਾਰੇ ਜਣੇ ਇੱਥੇ ਸਾਡੀ ਸਾਰੀ ਫੈਮਿਲੀ ਨਾਲ ਇੰਜੋਇਮੈਂਟ ਕਰਦੇ, ਇੱਥੇ ਚੈਂਬਰ ਪਿਆ ਸੀਗਾ ਅਤੇ ਆਲੇ ਦੁਆਲੇ ਸਾਡੀਆਂ ਸਾਰੀਆਂ ਕੁਰਸੀਆਂ ਡੱਠੀਆਂ ਸੀਗਾ, ਅਤੇ ਆਪਾਂ ਆਪਣੀ ਫੈਮਿਲੀ ਨਾਲ ਕਾਫੀ ਇੰਜੋਇਮੈਂਟ ਕੀਤਾ ਇਸ ਜਗ੍ਹਾ 'ਤੇ ਵੀ। ਸੋ ਬੜੀਆਂ ਯਾਦਾਂ ਜੁੜੀਆਂ ਨੇ ਜੀ। ਅਤੇ ਇੱਕ ਮੇਰਾ ਜਿਹੜਾ ਸੁਪਨਾ ਪੂਰਾ ਹੋਇਆ ਮਹਾਰਾਜ ਦੀ ਕਿਰਪਾ ਨਾਲ, ਉਹ ਵੀ ਤੁਹਾਨੂੰ ਦਿਖਾਉਣਾ।
ਸੋ ਇੱਕ ਗੁਰੂ ਸਾਹਿਬ ਜੀ ਦੇ ਰੂਮ ਨਾਲ ਮੇਰੀ ਯਾਦ ਜੁੜੀ ਹੈ ਜੀ ਕਿ ਮੇਰਾ ਜਿਹੜਾ ਸੁਪਨਾ ਸੀ ਉਹ ਪੂਰਾ ਹੋ ਗਿਆ। ਅਤੇ ਸੋ ਸੁਪਨਾ ਇੱਦਾਂ ਹੈ ਜੀ ਕਿ ਮੈਨੂੰ ਸ਼ੁਰੂ ਤੋਂ ਹੀ ਇੱਕ ਸ਼ੌਂਕ ਸੀਗਾ ਕਿ ਜਿੱਥੇ ਵੀ ਆਪਾਂ ਮਕਾਨ ਬਣਾਈਏ, ਹੈ ਨਾ, ਕਿਤੇ ਵੀ ਕਿਸ ਜਗ੍ਹਾ 'ਤੇ ਮਾਮੋ ਮਕਾਨ ਬਣਾਈਏ ਅਤੇ ਗੁਰੂ ਸਾਹਿਬ ਜੀ ਦਾ ਰੂਮ ਇੱਕ ਤੋਂ ਅਲੱਗ ਤੋਂ ਹੋਵੇ। ਇਹ ਸੁੰਦਰ ਮਹਾਰਾਜ ਜੀ ਦਾ ਰੂਮ, ਬਸ ਇੱਕ ਮੇਰੀ ਇਹ ਖੁਆਇਸ਼ ਸੀਗੀ, ਉਹੀ ਮਹਾਰਾਜ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ ਅਤੇ ਸਾਰੀ ਖੁਆਇਸ਼ਾਂ ਜਿਹੜੀਆਂ ਪੂਰੀਆਂ ਹੋ ਗਈਆਂ ਨੇ ਅਤੇ ਸਾਰਿਆਂ ਵਾਲਪੇਪਰ ਵਗੈਰਾ ਲੱਗਾ ਆ ਅਤੇ ਸੁੰਦਰ ਰੂਮ ਲੱਗਦਾ ਹੈਗਾ। ਅਤੇ ਮੇਰੀ ਜਿਹੜੀ ਆ ਮਹਾਰਾਜ ਦੀ ਕਿਰਪਾ ਨਾਲ ਇਹ ਵੀ ਮੇਰੀ ਜਿਹੜੀ ਇੱਛਾ ਹੈਗੀ ਆ ਉਹ ਵੀ ਪੂਰੀ ਕੀਤੀ ਬਾਬਾ ਦੀਪ ਸਿੰਘ ਜੀ ਨੇ, ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਛ ਹੈ। ਅਤੇ ਸੋ ਆਹ ਵੀ ਇੱਕ ਬਹੁਤ ਵੱਡੀ, ਜਿਹਨੂੰ ਕਹਿ ਰਹੇ ਨੇ ਬਹੁਤ ਵੱਡੀ ਯਾਦ ਜੁੜੀ ਹੈ ਕਿ ਜਿਹੜਾ ਮੇਰਾ ਸੁਪਨਾ ਸੀ ਵੀ ਮਹਾਰਾਜ ਦਾ ਰੂਮ ਸਭ ਤੋਂ ਸੁੰਦਰ ਹੋਵੇ ਅਤੇ ਉਹ ਸਭ ਤੋਂ ਸੁੰਦਰ ਮਹਾਰਾਜ ਜੀ ਦਾ ਰੂਮ ਹੀ ਹੈ ਬਾਬਾ ਦੀਪ ਸਿੰਘ ਜੀ ਦਾ। ਅਤੇ ਸੋ ਵਧੀਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ, ਨਾਲ ਮੇਰੇ ਕੁਝ ਖਾਸ ਭੈਣ ਭਰਾ ਰਿਕੁਐਸਟ ਕਿ ਸਾਡਾ ਵੀ ਨਾਲ ਲੋਗ ਲੋਗ ਦੇਵੇ। ਅਤੇ ਇੱਕ ਸਾਡੇ ਹੈਗੇ ਨੇ ਜੀ ਅਮਨ ਜੀ UK ਤੋਂ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਗੁਰਪ੍ਰੀਤ ਕੌਰ ਜੀ ਸਪੇਨ ਤੋਂ, ਅਤੇ ਨਾਲ ਮੇਰੇ ਇੱਕ ਹੋਰ ਵੀਰ ਜੀ ਹੈਗੇ ਨੇ ਜੀ ਗੁਰਸੇਵਕ ਸਿੰਘ ਜੀ, ਅਤੇ ਨਾਲ ਮੇਰੀ ਇੱਕ ਹੋਰ ਭੈਣ ਹੈਗੀ ਆ ਜੀ ਹਰਪ੍ਰੀਤ ਕੌਰ ਜੀ ਜਲੰਧਰ ਤੋਂ। ਹਾਂਜੀ ਜੀ, ਫਿਰ ਕਿੱਦਾਂ ਦਾ ਲੱਗਾ ਅੱਜ ਦਾ ਵਲੋਗ? ਜੇ ਵਲੋਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ, ਨਾਲ ਦੇ ਨਾਲ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ। ਮਿਲਦੇ ਇੱਕ ਸੋਹਣੇ ਜੇ ਫੈਮਿਲੀ ਵਲੋਗ ਦੇ ਨਾਲ। ਬਾਏ ਬਾਏ।